ਅਗਲੇ ਦਿਨ ਫਿਰ ਆਇਆ ਅਤੇ ਰਾਸ਼ਨ 'ਚ ਕਰਕੇ ਚਲਾ ਗਿਆ। ਦੋ ਕੁ ਦਿਨ ਲੰਘੇ ਨੇ ਅਤੇ ਭਾਈ ਇਸ ਤਰ੍ਹਾਂ ਆਇਆ, ਉਹ ਨਹੀਂ ਆਉਂਦਾ ਡੋਰੇਮੋਨ ਬੱਟ, ਉਹ ਬੱਟ ਦੇ ਵਿੱਚ ਵੱਜ ਗਿਆ ਉਸਤਾਦ ਜੀ। ਬੱਟ ਨੂੰ ਕਹਿੰਦਾ ਨਹੀਂ ਬਟਰਫਲਾਈ ਗੰਜਾ ਬੱਟ, ਗੰਜਾ ਬੱਟ ਤੇਰਾ ਉਹਦੇ ਵਿੱਚ ਵੱਜ ਗਿਆ ਹੁਣ ਤੇਰਾ। ਕਹਿੰਦਾ ਬੱਟ ਨੂੰ ਤਿੰਨ ਚਾਰ ਇਕੱਠੇ ਕਰ ਲਓ, ਇਹ ਇਸ ਤਰ੍ਹਾਂ ਕਰ ਰਿਹਾ ਇਸ ਤਰ੍ਹਾਂ ਕਰ ਰਿਹਾ। ਕਹਿੰਦਾ ਬੱਟ ਮੈਂ ਲੱਗ ਕੇ ਉਹਨੂੰ ਗੱਲ, ਉਹਨੇ ਆਇਆ ਵੀ ਫਿਰ ਦੇਖ ਲਿਆ, ਇਕੱਲੇ ਨੇ ਨਹੀਂ ਦੇਖਿਆ ਕਿੰਨਾ ਚਾਰਾ ਨਾ ਦੇਖ ਲਿਆ। ਕਹਿੰਦਾ ਮੇਰਾ ਮਸਲਾ, ਕਹਿੰਦਾ ਦੱਸ ਮੈਨੂੰ ਹੱਸ ਕੇ ਕਹਿੰਦੇ ਸਾਡੇ ਵੀ ਮਸਲੇ ਨੇ। ਕਿਹੜਾ ਗੰਜਾ? ਕਹਿੰਦਾ ਅੱਛਾ ਅੱਛਾ ਠੀਕ, ਉਹ ਵੀ ਬੜੀ ਫਿਲਮ ਹੈਗੀ ਸਹੀ। ਕੀ ਕਹਿੰਦਾ ਜੇ ਤੇਰੀ ਬਹੁਤੇ ਮਸਲੇ ਨੇ ਆ ਮੈਂ ਰੇਸ ਲਾ ਭਾਈ ਮੈਂ ਰੇਸ ਲਾ। ਸੂਟ ਨਹੀਂ ਸੀ ਲਾਉਂਦਾ ਹੁੰਦਾ ਬਾਹਰ, ਲਵਾ ਰਹੇ ਸੀ ਉਹਦੇ ਵਿੱਚ ਗੰਦ ਮਾਰਦਾ ਰਹਿੰਦਾ। ਦੁਨੀਆ ਦੀਆਂ ਗੱਲਾਂ ਦੱਸ ਰਿਹਾ ਉਹ ਕਿਹੜਾ ਬੰਦਾ ਗੋਰਾ ਪਾਕਿਸਤਾਨੀ। ਅੱਛਾ ਕਹਿੰਦਾ ਮੈਨੂੰ ਉਹਨੇ ਬੁਲਾਇਆ ਤੇ ਖੋਲਿਆ ਨੀ ਬੂਆ। ਦੋਸਤ ਸੀ ਇਹਦਾ ਚਵਲ ਹੁੰਦੇ ਨੇ ਲੋਕ ਦੇਖ ਲੈਂਦੇ। ਨਹੀਂ ਯਾਰ ਕੀ ਮਾਮਲਾ ਬਣਾਇਆ, ਕਮ ਸੇ ਕਮ ਬੰਦੇ ਨੂੰ ਘਰ ਤੋਂ ਬੁਲਾਓ। ਗੱਲ ਹੈ ਕਿ ਬੰਦੇ 'ਤੇ ਡਿਪੈਂਡ ਕਰਦਾ, ਬੰਦਾ ਹੀ ਉਹੋ ਜਿਹਾ ਸੀ। ਨਿਕਲੋ ਪਾਕਿਸਤਾਨ ਦੀ ਖਾਤਰ,
ਕਿਧਰ ਜਾਣਾ ਇਹਨੇ? ਅਗਲੇ ਹਫ਼ਤੇ ਬਰਬਾਦ ਤੇਰੀ ਗੱਲ ਠੀਕ ਹੈ। ਆਤਮ ਦੀ ਗੱਲ ਬੜੀ ਜ਼ਬਰਦਸਤ ਹੈ ਕਿ ਅਸੀਂ ਡਿੱਗਣ ਵਾਲੇ ਨਹੀਂ, ਇਹ ਗੱਲ ਸੁੱਟਣ ਵਾਲੀ ਨਹੀਂ ਹੈ, ਲੇਕਿਨ ਆਦਰ ਵਾਜ਼ਿਆ ਨਜ਼ਰ ਆ ਰਹੀ ਹਰ ਸ਼ਾਇਰ ਆਰਮੀ ਦੇ ਖਿਲਾਫ ਇੰਜਨੀ ਹੋਈ ਜਿਹਨੂੰ ਮਤਲਬ ਇੱਕ ਹੁੰਦਾ ਨਾ ਕਿ ਬਿਲਕੁਲ ਕੱਟ ਆਫ ਕਰ ਦਿੰਦੇ, ਹਾਲੇ ਕੱਟ ਆਫ ਨਹੀਂ ਕੀਤਾ, ਨੀਚੇ ਹੋਈ ਹੈ ਕੁਛ ਕਰ ਹੀ ਦੇਣਾ, ਜਿਹਨਾਂ ਨੂੰ ਨਜ਼ਰ ਵੀ ਸਾਨੂੰ ਆ ਰਹੇ ਵੀ ਆ ਰਿਹਾ ਬੰਦਾ ਸੁਣੀਗਾ ਨੋਰਮਲ ਵਿੱਚੋਂ ਲਾ ਲਓ ਕੋਈ ਆਰਮੀ ਬੰਦੇ ਨਹੀਂ ਸੁਣੀਗੇ, ਬਕਾਇਆ ਉਹਨਾਂ ਨੇ 80% ਆਰਮੀ ਸੁਣੀ।